ਅੰਮ੍ਰਿਤਸਰ ਦੇ ਵਿੱਚ CPF ਕਰਮਚਾਰੀ ਯੂਨੀਅਨ ਪੰਜਾਬ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦਫ਼ਤਰ ਦਾ ਘਿਰਾਵ ਵੀ ਕੀਤਾ ਗਿਆ। ਦੱਸ ਦਈਏ ਕਿ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੂੰ ਲੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਮੁਲਾਜ਼ਮ ਸਰਕਾਰੀ ਸੇਵਾਵਾਂ ਵਿੱਚ ਆਏ ਸਨ ਉਹਨਾਂ ਦੀ ਪੁਰਾਣੀ ਪੈਨਸ਼ਨ ਬੰਦ ਕਰਕੇ ਨਵੀਂ ਪੈਨਸ਼ਨ ਪ੍ਰਣਾਲੀ ਠੋਕ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਪੈਨਸ਼ਨ ਯੋਜਨਾ ਦੇ ਅੰਦਰ 1,000 ਜਾਂ 2,000 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ ਜੋ ਕਿ ਸਰਕਾਰੀ ਮੁਲਾਜ਼ਮਾਂ ਦਾ ਇੱਕ ਤਰ੍ਹਾਂ ਦੇ ਨਾਲ ਮਜ਼ਾਕ ਉਡਾਉਣ ਵਾਲੀ ਗੱਲ ਹੈ। ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਅਸੀਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਪਏ ਹਾਂ, ਪਰ ਪੰਜਾਬ ਸਰਕਾਰ ਦੇ ਕੰਨਾਂ ਦੇ ਕੋਈ ਲਾਰਿਆਂ ਦੇ ਨਾਲ ਹੀ ਮੁੱਕਰ ਜਾਂਦੇ ਆ, ਨਾ ਕਦੀ ਯੂਨੀਅਨ ਨੂੰ ਸਮਾਂ ਦਿੱਤਾ ਜਾ ਰਿਹਾ ਮੀਟਿੰਗ ਦਾ। ਅੱਜ ਅਸੀਂ ਸਰਕਾਰ ਕਾਂਗਰਸ ਭਵਨ ਦੇ ਦਫ਼ਤਰ 'ਚ ਪੁਤਲਾ ਫੂਕਿਆ ਹੈ। ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਾਂਗਰਸ ਸਰਕਾਰ ਨੂੰ, ਜੇਕਰ ਸਰਕਾਰ ਹਜੇ ਉਹਨਾਂ ਜੋ ਜਾਗੀ ਤਾਂ 21 ਤਰੀਕ ਨੂੰ ਬਠਿੰਡਾ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਮਨਪ੍ਰੀਤ ਸਿੰਘ ਬਾਦਲ ਜੋ ਵਿੱਤ ਮੰਤਰੀ ਪੰਜਾਬ ਆ ਉਹਦੀ ਕੋਠੀ ਦਾ ਘਿਰਾਓ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਉੱਥੇ ਹੀ ਪੱਕਾ ਮੋਰਚਾ ਲਾਇਆ ਜਾਏਗਾ। ਮੈਂ ਇੰਦਰਜੀਤ ਸਿੰਘ ਕਾਲੋਂ ਮੁਲਾਜ਼ਮ ਫਰੰਟ ਪ੍ਰਧਾਨ ਕਰਮਜੀਤ ਸਿੰਘ ਹਰਿਆਣਾ ਦੇ ਵਿੱਚ ਇਹ ਜਿਹੜੀ ਸਾਡੀ ਜਥੇਬੰਦੀ ਨੇ ਅੱਜ ਪ੍ਰੋਗਰਾਮ ਕੱਢਿਆ ਵਾ, ਇਹ ਬਹੁਤ ਹੀ ਵੱਡਾ ਸਰਕਾਰ ਨੇ ਸਾਡੇ ਮੁਲਾਜ਼ਮਾਂ 'ਚ ਫਾੜਾ ਪਾਇਆ ਔਰ ਅਸੀਂ ਤੈਅ ਦਿਲੋਂ ਤਨੋ ਮਨੋ ਤਨੋ ਜਥੇਬੰਦੀ ਦੇ ਨਾਲ ਸਪੋਰਟ ਕਰਦੇ ਹਾਂ ਔਰ ਆਪਣੇ ਫਰੰਟ ਵੱਲੋਂ ਇਹਨਾਂ ਨੂੰ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਇਹ ਜਿਹੜਾ ਪਾੜਾ ਮੁਲਾਜ਼ਮਾਂ ਵਿੱਚ ਪਾਇਆ ਗਿਆ 2004 ਤੋਂ ਬਾਅਦ ਜਿਹੜੇ ਸਾਡੇ ਵੀਰ ਭਰਤੀ ਹੋਏ ਆ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਔਰ ਮੁਲਾਜ਼ਮਾਂ ਦੇ ਵਿੱਚ ਏਕਤਾ ਜਿਹੜੀ ਉਹ ਕਰਵਾਈ ਜਾਵੇ। ਸਾਡੀਆਂ ਹੋਰ ਵੀ ਜਿਹੜੀਆਂ ਮੰਗਾਂ ਜਿਹੜੀਆਂ ਉਹਦੇ ਨਾਲ ਸੰਬੰਧਿਤ ਹੈਗੀਆਂ ਪੇ ਕਮਿਸ਼ਨ ਦੁੱਖੀਆਂ ਉਹ ਸਾਰੀਆਂ ਲਾਗੂ ਕੀਤੀਆਂ ਆ, ਖਾਸ ਕਰਕੇ ਸਪੈਸ਼ਲ ਮੰਗ ਜਿਹੜੀ ਸਾਡੀ ਆ ਕਿ 2004 ਤੋਂ ਬਾਅਦ ਜਿਹੜੇ ਸਾਥੀ ਭਰਤੀ ਹੋਏ ਆ ਇਹਨਾਂ ਨੂੰ ਪਹਿਲੀ ਪੈਨਸ਼ਨ ਦੀ ਬਹਾਲ ਕੀਤੀ ਜਾਵੇ। ਅਸੀਂ ਆਪਣੇ ਮੁਲਾਜ਼ਮ ਫਰੰਟ ਵੱਲੋਂ ਔਰ ਸਾਰੇ ਮੁਲਾਜ਼ਮ ਜਥੇਬੰਦੀਆਂ ਹੋਰ ਜ਼ੋਰ ਹਮਾਇਤ ਕਰਦੇ ਹਾਂ। ਜਿਹੜਾ ਅੱਜ ਆਪਣੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ, ਉਹ ਮੰਗ ਪੱਤਰ ਜੋ ਪ੍ਰਣਾਲੀ ਰਹੀ ਸਰਕਾਰ ਤੱਕ ਪੁੱਜਾ ਕੀਤਾ ਜਾਊਗਾ, ਜਿਹੜਾ ਫੈਸਲਾ ਪੰਜਾਬ ਸਰਕਾਰ ਨੇ ਲੈਣਾ। ਅਮਨਦੀਪ ਸਿੰਘ ਮਾਹਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।